ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਰਾਮ ਰਾਮ। ਅਤੇ ਅੱਜ ਪਹਿਲਾ ਦਿਨ ਆਪਣਾ ਨਵੇਂ ਗਰਾਊਂਡ ਦਾ, ਅਤੇ ਪ੍ਰੈਕਟਿਸ ਕਰਦੇ ਹਾਂ ਸਟਾਰਟ। ਸਾਨੂੰ ਲਗਭਗ 2 ਮਹੀਨੇ ਹੋ ਗਏ ਅਸੀਂ ਖੇਡੇ ਨਹੀਂ ਗਰਾਊਂਡ 'ਚ, ਅਤੇ ਅੱਜ ਸਟਾਰਟ ਕਰਦੇ ਹਾਂ ਆਪਾਂ, ਦੇਖਦੇ ਹਾਂ। ਅਤੇ ਨਾਲੇ ਬਹੁਤ ਬਾਈਆਂ ਦੇ ਮੈਸੇਜ ਆਏ ਹੋਏ ਆ ਇੰਸਟਾਗ੍ਰਾਮ 'ਤੇ, ਅਤੇ ਵੀ ਬਾਈ ਤੁਹਾਡਾ ਡਿਫੈਂਸ ਦਾ ਸਟਾਈਲ ਕੀ ਆ ਅਤੇ ਅਟੈਕ ਦਾ। ਅਤੇ ਹੁਣ ਆਪਾਂ ਅੱਜ ਨਾਲੇ ਆਹ ਦੱਸ ਦਾਂਗੇ ਵੀ ਡਿਫੈਂਸ ਕਿਵੇਂ ਆ ਅਤੇ ਅਟੈਕ ਕਿਵੇਂ ਆ ਅਤੇ ਉਹਨਾਂ ਦੀ ਪ੍ਰੈਕਟਿਸ ਕਿਵੇਂ ਕਰਨੀ ਆ ਅਤੇ ਸਾਰੇ ਭਰਾਵਾਂ ਨੂੰ। ਅਤੇ ਬਾਕੀ ਜਦੋਂ ਆਹ ਬਲੌਗ ਅੱਜ ਦੇ ਦਿਨ ਦਾ ਪਾ ਦਾਂਗੇ, ਉਸ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਕੋਈ ਵੀ ਕੁਐਸਚਨ ਹੋਊਗਾ ਆਪਾਂ ਨੈਕਸਟ ਬਲੌਗ 'ਚ ਜ਼ਰੂਰ ਦੱਸ ਦਾਂਗੇ। ਅਤੇ ਬਾਕੀ ਹਲੇ ਬੋਲਣ ਦਾ ਹਿਸਾਬ ਘੱਟ ਆ, ਅਤੇ ਮਿਲਦੇ ਹਾਂ ਫਿਰ। ਹੁਣ ਪਾਣੀ ਪੁਣੀ ਆਪਾਂ ਗਰਾਊਂਡ 'ਚ ਛਿੜਕ ਕੇ ਬਾਈ ਕਰਦੇ ਹਾਂ ਪ੍ਰੈਕਟਿਸ ਸਟਾਰਟ। ਭਾਜੀ ਹੁਣੀ ਪੰਪ ਲੈ ਕੇ ਆ ਗਏ ਅਤੇ ਹੁਣ ਪ੍ਰੈਕਟਿਸ ਕਰਦੇ ਹਾਂ ਸਟਾਰਟ। आज की प्रैक्टिस यहीं पे होती है ख़त्म। ਬਾਈ ਦਾ ਪਹਿਲਾ ਬਾਈ ਤੁਸੀਂ ਆਪਦਾ ਡਿਫੈਂਸ ਦਾ ਸਟਾਈਲ ਕਿੱਦਾਂ ਬਹੁਤ ਸੋਹਣਾ ਪਰ ਲੱਗਦਾ। ਨਹੀਂ ਨਹੀਂ ਬਾਈ ਤੁਸੀਂ ਜਿੱਦਾਂ ਮਤਲਬ ਟੂਰਨਾਮੈਂਟ 'ਤੇ ਡਿਫੈਂਸ ਕਰਦੇ ਹੋ ਬਾਈ, ਤੁਹਾਡੇ ਬਾਲ ਇੱਥੇ ਕਿੱਥੇ ਵੱਜਦੀ ਆ? ਇੱਥੇ ਇਕੱਲੀ ਇੱਥੇ ਵੱਜਦੀ ਆ, ਇੱਥੇ ਕਦੇ ਕਦੇ ਲੱਗਦੀ, ਕਦੇ ਕਦੇ ਇੱਥੇ ਲੱਗਦੀ ਆ। ਅਤੇ ਬਾਈ ਮੇਰੇ ਡਿਫੈਂਸ ਦਾ ਸਟਾਈਲ ਇਹ ਥੋੜ੍ਹਾ ਜਿਹਾ ਇੰਨਾ ਹਲਕਾ ਮਤਲਬ ਜ਼ਿਆਦਾ ਟਾਈਟ ਨਹੀਂ, ਅੰਗੂਠਾ ਫਰੀ ਹੈ ਨਾ, ਥੋੜ੍ਹਾ ਫਰੀ ਰੱਖ। ਅਤੇ ਅਟੈਕ ਦਾ ਇੱਦਾਂ ਬਾਈ ਇਹ ਮੇਰਾ ਬਾਈ ਡਿਫੈਂਸ ਇੱਦਾਂ। ਬਾਕੀ ਬਾਈ ਇੰਨਾ ਡਿਫੈਂਸ ਅਤੇ ਅਟੈਕ ਦਾ ਕੋਈ ਸਟਾਈਲ ਦਾ ਕੋਈ ਚੱਕਰ ਨਹੀਂ ਹੁੰਦਾ, ਵੀ ਆਪਾਂ ਵੀ ਕਈ ਪੁੱਛਦੇ ਆ ਵੀ ਬਾਈ ਤੁਹਾਡੇ ਗ੍ਰਿਪ ਸਟਾਈਲ ਕਿਵੇਂ ਆ, ਹੈ ਨਾ, ਵੀ ਉਹਦੇ ਨਾਲ ਵਧੀਆ ਵੱਜਦੀ ਆ ਬਾਲ, ਉਹ ਕੋਈ ਚੱਕਰ ਨਹੀਂ ਹੁੰਦਾ ਬਾਈ। ਉਹ ਤਾਂ ਮਿਹਨਤ ਜਿਵੇਂ ਜਿਵੇਂ ਬੰਦਾ ਮਿਹਨਤ ਕਰਦਾ ਜਾਂਦਾ ਹੈ ਨਾ, ਉੱਦਾਂ ਉੱਦਾਂ ਸਹੀ ਹੁੰਦੀ ਜਾਂਦੀ ਆ। ਸਾਰੇ ਜਿੰਨੇ ਪਲੇਅਰ ਹੈਗੇ ਆ ਲਗਭਗ ਲਗਭਗ ਸਾਰਿਆਂ ਦੀ ਅੱਡ ਡਿਫੈਂਸ ਆ ਅਤੇ ਅੱਡ ਅੱਡ ਸਟਾਈਲ ਆ ਸਾਰਿਆਂ ਦਾ, ਅਤੇ ਅਟੈਕ ਦਾ ਵੀ ਅੱਡ ਸਟਾਈਲ ਆ। ਬਾਈ ਹੁਣ ਪੀ ਸੀ ਆਪਦਾ ਅੰਡਰ ਹੈਂਡ ਦਾ ਸਟਾਈਲ ਦੱਸੂਗਾ। ਅਤੇ ਬਾਈ ਜਿਵੇਂ ਤੁਸੀਂ ਅੰਡਰ ਹੈਂਡ ਕਿਵੇਂ ਦੱਸੋ ਸਾਰਿਆਂ ਜਣਿਆਂ ਨੂੰ, ਵੀ ਪੁੱਛਦੇ ਆ ਵੀ ਸਾਰੇ ਬਾਈ ਪੀ ਸੀ ਦਾ ਡਿਫੈਂਸ ਦਾ ਸਟਾਈਲ ਕੀ ਆ, ਅਤੇ ਤੁਸੀਂ ਦੱਸੋ ਹੱਥ ਬਣਾ ਕੇ ਚਲਾਉਣਾ। ਹਾਂਜੀ ਡਿਫੈਂਸ ਆ ਜਾਣਾ ਅਤੇ ਬਾਲ ਵੱਜਦੀ ਆ ਪੂਰਾ ਹੀ ਠੀਕ ਆ ਬਾਈ, ਠੀਕ ਆ। ਅਤੇ ਆ ਕਿੰਨੀ ਵੀ ਤੇਜ਼ ਬਾਲ ਹੋਵੇ, ਹਾਂਜੀ ਕਿੰਨੀ ਕੁ ਜਿੰਨੀ ਮਰਜ਼ੀ ਤੇਜ਼ ਬਾਲ ਹੋਵੇ ਆਰਾਮ ਨਾਲ ਚੱਕੀ ਜਾਂਦੀ ਆ। ਠੀਕ ਆ, ਠੀਕ ਆ ਵੀਰੇ। ਫੌਜੀ ਬਾਗੜੀ ਬਾਈ ਆਪਦੇ ਡਿਫੈਂਸ ਦਾ ਸਟਾਈਲ ਜਿਵੇਂ ਵੀ, ਹੈ ਨਾ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਆ ਵੇਖੋ। ਠੀਕ ਆ ਬਾਈ, ਇਹ ਫੌਜੀ ਦਾ ਸਟਾਈਲ ਆ, ਪਹਿਲਾਂ ਪੀ ਸੀ ਦਾ ਸੇਮ ਆ ਇਹਨਾਂ ਦੇ, ਵਧੀਆ ਪੂਰਾ ਡਿਫੈਂਸ ਮਿਹਨਤ ਨਾਲ ਹੀ ਸਾਰਾ ਕੁਛ ਆ ਬਾਈ। ਰਸ਼ੀਅਨ ਟੈਂਕ ਨਹੀਂ, ਚੈੱਕ ਕਰੋ ਬਾਈ, ਕਈ ਪਿੰਡਾਂ 'ਚ ਹੁੰਦੇ ਨਾ ਬੋਲਣ ਵਾਲੇ, ਇਹ ਸਾਰਾ ਦਿਨ ਬੋਲਦਾ, ਇਹ ਥੱਕਦਾ ਨਹੀਂ, ਮਤਲਬ ਇਹਦੇ ਕੋਲ ਐਨਰਜੀ ਬਹੁਤ ਆ। ਇਹ ਘਰੋਂ ਨਾ 3-4 ਸਟ੍ਰਿੰਗ ਪੀ ਕੇ ਫਿਰ ਤੁਰਦਾ।
ਫੋਨ ਆਇਆ ਸੀ ਭਾਈ ਦਾ ਹੈ ਨਹੀਂ ਮਾਰੀ ਹੋਰ ਪਤਾ ਨਹੀਂ ਮੈਂ ਚੱਕਿੰਗ ਗਰਾਊਂਡ ਤੇ ਸੀ ਮਿਸੀ ਗੱਲ ਕਰਦਾ ਮਾਰਾ ਉਹਦੇ ਨਾਲ ਬਦਲੀ ਕਰਾਣੀ ਬਾਈ ਦਾ ਸਟਾਈਲ ਰਹਿ ਗਿਆ ਬਾਈ ਕਹਿੰਦਾ ਮੈਂ ਰਿਵੀਲ ਨਹੀਂ ਕਰਨਾ ਆਪਦਾ ਸਟਾਈਲ ਤੇ ਬਾਈ ਇਸਕਾ ਸਟਾਈਲ ਰਹਿ ਗਿਆ ਬਸ ਅਬ ਇਸਕਾ ਸਟਾਈਲ ਆ ਗਿਆ ਨਾ ਫਿਰ ਯੂਟਿਊਬ ਪੇ ਡਾਲ ਦਿਆ ਫਿਰ ਜ਼ਿਆਦਾ ਉਹ ਹੋ ਜਾਏਗਾ ਬਾਈ ਆਪਕੋ ਕਿਤਨੇ ਸਾਲ ਹੋ ਗਏ ਖੇਲਤੇ ਹੋਏ ਹੋ ਗਏ ਜੀ 10 ਸਾਲ 10 ਸਾਲ ਹੋ ਗਏ ਬਾਈ ਠੀਕ ਹੈ ਬਾਈ 2013 ਚ ਬਾਈ ਠੀਕ ਹੈ ਬਾਈ ਤੇ ਬਾਈ ਯਾਰ ਤੁਸੀਂ ਸਟਾਈਲ ਤਾਂ ਦੱਸ ਦਿਓ ਆਪਦਾ ਬਾਈ ਬਾਈ ਇਹ ਵਿੱਕੀ ਬਹੁਤ ਘੈਂਟ ਬੰਦਾ ਤੇ ਦੱਸਣ ਦੀ ਸਾਨੂੰ ਲੋੜ ਨਹੀਂ ਤੇ ਬਾਕੀ ਬਾਈ ਜਿਵੇਂ ਪ੍ਰੈਕਟਿਸ ਡਿਫੈਂਸ ਦੀ ਕਰਨੀ ਆ ਹੈ ਨਾ ਡਿਫੈਂਸ ਦੀ ਪ੍ਰੈਕਟਿਸ ਬਾਈ ਮੈਂ ਦੀਵਾਰ ਨਾਲ ਰੁਕੋ ਬਾਈ ਉੱਥੇ ਹੈ ਨਾ ਦੀਵਾਰ ਨਾਲ ਜਾਂਦੀ ਵਾਰੀ ਮੈਂ ਤੁਹਾਨੂੰ ਜਦੋਂ ਇਹ ਬਾਲ ਵਿਹਲੀ ਹੋ ਗਈ ਫਿਰ ਮੈਂ ਤੁਹਾਨੂੰ ਦੱਸਦਾ ਜਿੱਦਾਂ ਬਈ ਐਂ ਦੀਵਾਰ ਨਾਲ ਡੇਲੀ ਅੱਧਾ ਘੰਟਾ 20 ਮਿੰਟ ਵੀ ਇੰਨੀ ਪ੍ਰੈਕਟਿਸ ਕੀਤੀ ਤਾਂ ਬਹੁਤ ਡਿਫੈਂਸ ਇੰਪਰੂਵ ਹੋ ਜਾਣਾ ਅਤੇ ਜਿਨ੍ਹਾਂ ਨੇ ਡਿਫੈਂਸ ਦੀ ਪ੍ਰੈਕਟਿਸ ਕਰਨੀ ਇੱਦਾਂ ਕਰ ਸਕਦੇ ਆ ਸਾਰੇ ਧੰਨਵਾਦ ਬਾਈ ਜੀ ਅੱਜ 5-7 ਮਿੰਟ ਦਾ ਬਲੌਗ ਬਣਾਇਆ ਅਤੇ ਹੌਲੀ ਹੌਲੀ ਕਰਾਂਗੇ ਸਟਾਰਟ ਵੀ ਜਿਵੇਂ ਵੀ ਹੌਲੀ ਹੌਲੀ ਕੌਨਫੀਡੈਂਸ ਆਉਂਦਾ ਗਿਆ ਉਵੇਂ ਬਣਾਵਾਂਗੇ ਅਤੇ ਬਾਕੀ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜੋ ਵੀ ਕੁਛ ਪੁੱਛਣਾ ਹੋਵੇ ਬਾਈ ਕੱਲ੍ਹ ਬਣਾਵਾਂਗੇ ਜੇ ਘਰ ਇੱਥੇ ਰਹੇ ਤਾਂ ਘਰ ਰਵਾਂਗੇ ਅਤੇ ਗਰਾਊਂਡ ਆਏ ਤਾਂ ਜ਼ਰੂਰ ਬਲੌਗ ਬਣਾਵਾਂਗੇ ਅਤੇ ਜੋ ਕੁਛ ਪੁੱਛਣਾ ਹੋਵੇ ਬਾਈ ਤਾਂ ਤੁਸੀਂ ਪੁੱਛ ਸਕਦੇ ਹਾਂ ਅਤੇ ਮੈਂ ਕੱਲ੍ਹ ਵਾਲੇ ਬਲੌਗ 'ਚ ਦੱਸ ਦੂੰਗਾ ਬਾਕੀ ਸਾਰਿਆਂ ਨੂੰ ਰਾਮ ਰਾਮ ਬਾਈ ਸਤਿ ਸ਼੍ਰੀ ਅਕਾਲ